ਆਓ ਸੁਣੀਏ ਮੋਹਨ ਪੰਡਾਰੀ ਦੀ ਕਹਾਣੀ ਘੋਟਣਾ ਕਿਸ਼ਨਾ ਤਰਖਾਣ ਉਸ ਦਿਨ ਬਹੁਤ ਉਦਾਸ ਸੀ ਬਹੁਤ ਉਦਾਸ ਉਹਦਾ ਦਿਲ ਕਰਦਾ ਸੀ ਕਿ ਜੀ ਭਰ ਕੇ ਰੋਵੇ ਬਸ ਰੋਈ ਜਾਵੇ ਰੁਈ ਜਾਵੇ ਉਸ ਦਿਨ ਛੁੱਟੀ ਸੀ ਕਿਸ਼ਨਾ ਤਰਖਾਣ ਤੇ ਉਹਦਾ ਜਵਾਈ ਬੈਠੇ ਕੰਮ ਗਲਤ ਕਰ ਰਹੇ ਸਨ ਤੜਕੇ ਤੋਂ ਹੀ ਉਹ ਪੀ ਰਹੇ ਸਨ ਪਰ ਸ਼ਰਾਬ ਉਹਨਾਂ ਨੂੰ ਚੜ ਨਹੀਂ ਸੀ ਰਹੀ ਤੇ ਕਿਸ਼ਨਾ ਤਰਖਾਣ ਚੁੱਪਚਾਪ ਉੱਠ ਕੇ ਬਾਹਰ ਨੂੰ ਤੁਰ ਪਿਆ ਸੀ ਉਦੇ ਜੁਆਇ ਨੇ ਉਹਨੂੰ ਰੋਕਿਆ ਨਾ ਉਹ ਜਾਣਦਾ ਸੀ ਕਿ ਕ੍ਰਿਸ਼ਨਾ ਇਦਾਂ ਰੁਕਣ ਵਾਲਾ ਨਹੀਂ ਉਹ ਸਿੱਧਾ ਠੀਕੇ ਜਾਵੇਗਾ ਹੋਰ ਬੋਤਲ ਲੈ ਕੇ ਆਵੇਗਾ ਅੱਗੇ ਵੀ ਤਾਂ ਉਹ ਇਸੇ ਤਰ੍ਹਾਂ ਕਰਦਾ ਹੁੰਦਾ ਸੀ ਜਦੋਂ ਉਹਨਾਂ ਨੂੰ ਸ਼ਰਾਬ ਨਹੀਂ ਸੀ ਛੱਡਦੀ ਹੁੰਦੀ ਕ੍ਰਿਸ਼ਨਾ ਮਲਕੜੇ ਉੱਠ ਜਾਂਦਾ ਹੋਰ ਬੋਤਲ ਆ ਜਾਂਦੀ ਉਦੋਂ ਵੀ ਗਈ ਰਾਤ ਤੱਕ ਪੀਂਦੇ ਰਹਿੰਦੇ ਤੇ ਇੰਜ ਛੁੱਟੀ ਬੀਤ ਜਾਂਦੀ ਕ੍ਰਿਸ਼ਨ ਨੇ ਤਾਂ ਜੁਆਇ ਨੂੰ ਉਡੀਕਦਾ ਉਡੀਕਦਾ ਮੰंजे ਤੇ ਪੈ ਗਿਆ ਉਹ ਜੇ ਤੱਕ ਸ਼ਰਾਬ ਲੈ ਕੇ ਨਹੀਂ ਸੀ ਮੁੜਿਆ ਤੇ ਉਸ ਦਿਨ ਕ੍ਰਿਸ਼ਨਾ ਬਹੁਤ ਉਦਾਸ ਸੀ ਉਹ ਆਪਣੀ ਸਾਰੀ ਜ਼ਿੰਦਗੀ 'ਚ ਇੰਨਾ ਉਦਾਸ ਕਦੇ ਨਹੀਂ ਸੀ ਹੋਇਆ ਉਹਨੂੰ ਲੱਗਿਆ ਜਿਵੇਂ ਉਹਦੇ ਅੰਦਰ ਕੋਈ ਛੋੜਾ ਰਿਸ ਰਿਹਾ ਹੋਵੇ ਕੋਈ ਖਲਾਜ ਆ ਪੈ ਗਿਆ ਹੋਵੇ ਉਹਦੇ ਜਵਾਈ ਕੋਲ ਇੰਨਾ ਧਨ ਸੀ ਕਿ ਉਹ ਦੁਨੀਆ 'ਚ ਬਣੀ ਹਰ ਐਸ਼ ਦੇਣ ਵਾਲੀ ਚੀਜ਼ ਖਰੀਦ ਸਕਦਾ ਸੀ ਪਰ ਉਹ ਉਹਦੇ ਵਾਸਤੇ ਪਲ ਭਰ ਦਾ ਚੈਨ ਨਹੀਂ ਖਰੀਦ ਸਕਿਆ ਉਹਦਾ ਜਵਾਈ ਹੈਰਾਨ ਸੀ ਉਹਦੀ ਤੀ ਪਰੇਸ਼ਾਨ ਸੀ ਤੇ ਕ੍ਰਿਸ਼ਨ ਅਤਰਖਾਨ ਉਸ ਦਿਨ ਬਹੁਤ ਉਦਾਸ ਸੀ ਬਹੁਤ ਉਦਾਸ ਉਹਦਾ ਦਿਲ ਕਰਦਾ ਸੀ ਕਿ ਜੀ ਪਰਖੇ ਰੋਵੇ ਬਸ ਰੋਈ ਜਾਵੇ ਰੋਈ ਜਾਵੇ ਉਹਨੂੰ ਆਪਣਾ ਪੁੱਤਰ ਯਾਦ ਆਇਆ ਉਹਨੂੰ ਆਪਣੀ ਘਰ ਵਾਲੀ ਯਾਦ ਆਈ ਅੱਜ ਤੋਂ 5 ਵਰੇ ਪਹਿਲਾਂ ਦੀ ਗੱਲ ਹੈ ਉਹਦੀ ਘਰ ਵਾਲੀ ਮਰ ਗਈ ਸੀ ਉਹਦਾ ਇੱਕੋ ਇੱਕ ਪੁੱਤ ਤਾਂ ਨਿਆਣਾ ਹੁੰਦਾ ਹੀ ਚੱਲ ਵਸਿਆ ਸੀ ਹੋਰ ਉਹਦਾ ਇਸ ਲੰਮੀ ਚੌੜੀ ਦੁਨੀਆ 'ਚ ਕੌਣ ਸੀ ਬਸ ਇੱਕ ਧੀ ਰਹਿ ਗਈ ਸੀ ਜੋ ਆਈ ਰਹਿ ਗਿਆ ਸੀ ਅਖੀਰ ਉਹਦਾ ਜੋਈ ਉਹਨੂੰ ਸ਼ਹਿਰ ਲੈ ਆਇਆ ਸੀ ਨਵੇਂ-ਨਵੇਂ ਕੱਪੜੇ ਪਵਾਕੇ ਨਵਾਂ-ਨਵਾਂ ਸ਼ਹਿਰ ਸੀ ਗਹਿਮਾ-ਗਹਿਮ ਕਰਦਾ ਸ਼ਹਿਰ ਜਿੱਥੇ ਬਿਜਲੀ ਦੇ ਲਾਟੂ ਉਹਦੀਆਂ ਅੱਖਾਂ 'ਚ ਵੱੜਦੇ ਜਾਂਦੇ ਸਨ ਜਿੱਥੇ ਪਿੰਡਾਂ ਵਰਗੀ ਸ਼ਾਂਤੀ ਨਹੀਂ ਸੀ ਜਿੱਥੇ ਪਿੰਡਾਂ ਜਿਹਾ ਠਰਮਾ ਨਹੀਂ ਸੀ ਜਿੱਥੇ ਲੋਕੀ ਹਰਲ-ਹਰਲ ਕਰਦੇ ਫਿਰਦੇ ਸਨ ਹਫੇ-ਹਫੇ ਘਬਰਾਏ ਹੋਏ ਜਿਵੇਂ ਕਿਤੇ ਅੱਗ ਲੱਗ ਗਈ ਹੋਵੇ ਨਵੇਂ-ਨਵੇਂ ਕੱਪੜੇ ਜਿਨ੍ਹਾਂ ਦੀ ਡੋਸ ਹਾਲਾ ਨਹੀਂ ਸੀ ਫੁੱਟੀ ਉਹਨੇ ਗਲ ਪਾਏ ਹੋਏ ਸਨ ਉਹਨਾਂ ਦੀ ਖੜਖੜ ਉਸ ਨੂੰ ਮਹਿਸੂਸ ਹੋ ਰਹੀ ਸੀ ਰੜਕਵੀ ਖੜਖੜ ਜਿਵੇਂ ਕੋਈ ਉਹਦੇ ਸਿਰ 'ਚ ਵਿਧਾਨ ਮਾਰ ਰਿਹਾ ਹੋਵੇ ਉਹਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਹਦੇ ਗਲ ਪਏ ਨਵੇਂ-ਨਵੇਂ ਕੱਪੜੇ ਹੁਣੇ ਸੜਕ 'ਤੇ ਡਿੱਗ ਪੈਣਗੇ ਤੇ ਉਹ ਲੋਕਾਂ ਸਾਹਮਣੇ ਨੰਗਾ ਹੋ ਜਾਵੇਗਾ ਉਹ ਲੜ ਖੜਾ ਗਿਆ ਉਸ ਸਿਰ ਤੋਂ ਲੈ ਕੇ ਪੈਰਾਂ ਤੱਕ ਪਸੀਨੇ ਨਾਲ ਗੱਚ ਹੋ ਗਿਆ ਪਸੀਨਾ ਉਹਦੀਆਂ ਲੱਤਾਂ ਤੋਂ ਤੇ ਤੀਰੀਆਂ ਬਨ ਕੇ ਵਹਿ ਤੁਰਿਆ ਐਡੇ ਵੱਡੇ ਸ਼ਹਿਰ 'ਚ ਬੀਤਿਆ ਇਹ ਪਹਿਲਾ ਦਿਨ ਉਹਨੂੰ ਕਦੇ ਨਹੀਂ ਭੁੱਲ ਸਕਦਾ ਪਰ ਸ਼ਹਿਰ 'ਚ ਰਹਿੰਦੇ ਆ ਹੁਣ ਉਹਨੂੰ 5 ਸਾਲ ਹੋ ਚੱਲੇ ਸਨ ਇਨ੍ਹਾਂ 5 ਸਾਲਾਂ 'ਚ ਉਹਨੇ ਆਪਣੇ ਜੁਆਈ ਦਾ ਦਿਲ ਜਿੱਤ ਲਿਆ ਸੀ ਸਾਰੇ ਕਾਰਖਾਨੇ ਦਾ ਕੰਮ ਉਹ ਇਕੱਲਾ ਸੰਭਾਲਦਾ ਹੁਣ ਤੱਕ ਉਹਨੇ ਜਿੰਨੇ ਵੀ ਸੌਦੇ ਕੀਤੇ ਸਨ ਕਦੇ ਘਾਟਾ ਨਹੀਂ ਸੀ ਪਿਆ ਉਹਦੇ ਹੱਥ ਜੱਸ ਸੀ ਇਹ ਗੱਲ ਉਹਦੀ ਧੀ ਕਹਿੰਦੀ ਸੀ ਉਹਦਾ ਜੁਆਈ ਕਹਿੰਦਾ ਸੀ ਗੱਲ ਕੀ ਸੌਦੇਬਾਜ਼ੀ 'ਚ ਵੱਡਿਆਂ ਵੱਡਿਆਂ ਨੂੰ maat ਪਾ ਜਾਂਦਾ ਸੀ ਇਸੇ ਕਰਕੇ ਉਹ ਤਾਂ ਜਵਾਈ ਨੂੰ ਛੱਡਣਾ ਨਹੀਂ ਸੀ ਚਾਹੁੰਦਾ ਵਪਾਰ 'ਚ ਕਈ ਤਰ੍ਹਾਂ ਦੇ ਭੇਤ ਹੁੰਦੇ ਹਨ ਜੋ ਹਰ ਕਿਸੇ ਨੂੰ ਦੱਸੇ ਨਹੀਂ ਜਾ ਸਕਦੇ ਫਿਰ ਕਿਸ਼ਨਾ ਤਾਂ ਉਹਦਾ ਸਹਰਾ ਸੀ ਉਹ ਆਪਣੇ ਜਵਾਈ ਦਾ ਬੁਰਾ ਕਿੱਦਾਂ ਸੋਚ ਸਕਦਾ ਸੀ ਇਸੇ ਕਰਕੇ ਉਹ ਉਹਨੂੰ ਹਰ ਤਰੀਕੇ ਨਾਲ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਗੱਲੇ 'ਚੋਂ ਪੈਸੇ ਕੱਢਣ ਲੱਗਿਆਂ ਉਹਦਾ ਹੱਥ ਨਾ ਫੜਦਾ ਉਹਨੂੰ ਕਿਸੇ ਗੱਲ ਤੋਂ ਟੋਕਦਾ ਨਾ ਦੁਨੀਆ ਦੀ ਹਰ ਐਸ਼ ਜੋ ਪੈਸੇ ਨਾਲ ਖਰੀਦੀ ਜਾ ਸਕਦੀ ਹੈ ਉਹ ਉਹਨੂੰ ਦੇ ਸਕਦਾ ਸੀ ਪਰ ਜ਼ਿੰਦਗੀ ਦੀ ਤਸੱਲੀ ਜ਼ਿੰਦਗੀ ਦਾ ਚੈਨ ਉਹ ਉਹਨੂੰ ਕਿੱਥੋਂ ਲਿਆ ਕੇ ਦਿੰਦਾ ਜ਼ਿੰਦਗੀ ਦੀ ਤਸੱਲੀ ਜ਼ਿੰਦਗੀ ਦਾ ਚੈਨ ਜਿਹਦਾ ਕੋਈ ਮੁੱਲ ਨਹੀਂ ਜਿਹਨੂੰ ਪੈਸਾ ਖਰੀਦ ਨਹੀਂ ਸੀ ਸਕਦਾ ਉਹ ਉਹਨੂੰ ਦੇਣੋਂ ਅਸਮਰਥ ਸੀ ਸ਼ਾਇਦ ਪਲ ਪਰਦਾ ਚੈਨ ਤਾਂ ਉਹਦੀ ਆਪਣੀ ਜ਼ਿੰਦਗੀ 'ਚ ਵੀ ਨਹੀਂ ਸੀ ਤੇ ਉੰਜ ਉਹ ਸ਼ਾਇਰ ਦਾ ਸਭ ਤੋਂ ਵੱਡਾ ਕਾਰਖਾਨੇਦਾਰ ਸੀ ਨੰਬਰ 1 ਅਮੀਰ ਸੀ ਹਾਂ ਕਿਸ਼ਨਾ ਤਰਖਾੜ ਉਸ ਦਿਨ ਬਹੁਤ ਉਦਾਸ ਸੀ ਬਹੁਤ ਉਦਾਸ ਬੀਤੀ ਜ਼ਿੰਦਗੀ ਦਾ ਇੱਕ ਇੱਕ ਪਲ ਇੱਕ ਇੱਕ ਘਟਨਾ ਉਹਨੂੰ ਯਾਦ ਆਉਣ ਲੱਗੀ ਪਿੰਡ ਉਹ ਕੋਟਣੇ ਬਣਾਉਂਦਾ ਹੁੰਦਾ ਸੀ ਪਿੰਡ ਦੇ ਗੱਬੇ ਉਹਦਾ ਘਰ ਸੀ ਘਰ ਮੂਰੇ ਛੋਟਾ ਜਿਹਾ ਵੇੜਾ ਵੇੜੇ ਚ ਸੰਗਣਾ ਤੂਤ ਤੂਤ ਦੀ ਠੰਡੀ ਠੰਡੀ ਛਾਂ ਤੇੜ ਖੱਦਰ ਦੀ ਸਾਫੀ ਪਾਈ ਢਿੱਡੋਂ ਤੇ ਪੈਰੋਂ ਨੰਗਾ ਤੂਤ ਦੀ ਠੰਡੀ ਠੰਡੀ ਛਾਂ 'ਚ ਬੈਠਾ ਉਹ ਕੋਟਨੇ ਬਣਾਈ ਜਾਂਦਾ ਮੱਥੇ ਤੋਂ ਪਸੀਨਾ ਪੁੰਜਦਾ ਰਹਿੰਦਾ ਜੇ ਕੋਈ ਕਹਿੰਦਾ ਓਏ ਕਿਸ਼ਨੇ ਆ ਸੌਰਿਆ ਕਿਹਦੀ ਖਾਤਰ ਟੁੱਟ ਟੁੱਟ ਮਰਦਾ ਇਹ ਦਿਨ ਰਾਤ ਦੋ ਘੜੀ ਗਰਮੀ 'ਚ ਤਾਂ ਆਰਾਮ ਕਰ ਲਿਆ ਕਰ ਦੇਖ ਕਿਵੇਂ ਪਸੀਨਾ ਪਸੀਨਾ ਹੋਇਆ ਪਿਆ ਉਹ ਹੱਸ ਕੇ ਜਵਾਬ ਦਿੰਦਾ ਉਹ ਭਲਿਆ ਲੋਕਾ ਕੰਮ ਤਾਂ ਬੰਦੇ ਦਾ ਕਰਮ ਐ ਮਿਹਨਤ ਕਰਨ ਨਾਲ ਨਾਲੇ ਤਾਂ ਮਨ ਨੂੰ ਤਾਂ ਸਲੀ ਰਹਿੰਦੀ ਐ ਨਾਲੇ ਦੇ ਕੰਗਣ ਵਰਗੀ ਰਹਿੰਦੀ ਐ ਸਹੀ ਮਿਹਨਤ ਤਾਂ ਪਤਾ ਹੀ ਆਦਮੀ ਦੇ ਪਸੀਨੇ ਤੋਂ ਲੱਗਦਾ ਕਦੇ ਸੁਣੀ ਨਹੀਂ ਉਹ ਕਹਾਣੀ ਫਿਰ ਉਹ ਆਪੇ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੰਦਾ ਇੱਕ ਵਾਰ ਇੱਕ ਦੇਵਤਾ ਸੁਰਗ ਲੋਕ ਤੋਂ ਮਾਤ ਲੋਕ 'ਚ ਉਤਰ ਆਇਆ ਇੱਥੇ ਉਹਨੂੰ ਬਹੁਤ ਗਰਮੀ ਲੱਗੀ ਤੇ ਨੇ ਉਹਨੂੰ ਸਤਾ ਮਾਰਿਆ ਪਰੀਆਂ ਨੇ ਉਹਦੇ ਵਾਸਤੇ ਤਰੇਲ ਤੇ ਫੁੱਲਾਂ ਦਾ ਰਸ ਇਕੱਠਾ ਕਰਕੇ ਲਿਆਂਦਾ ਪਰ ਤੇ ਉਹਦੀ ਫੇਰ ਵੀ ਨਾ ਮੁਜੀ। ਪਰियां ਫੇਰ ਪਾਣੀ ਦੀ ਭਾਲ ਚ ਨਿਕਲੀਆਂ। ਕੱਖਾਂ ਤੋਂ ਤਰੇਲ ਉੱਡ ਚੁੱਕੀ ਸੀ। ਫੁੱਲਾਂ ਦਾ ਰਸ ਮੁੱਕ ਚੁੱਕਾ ਸੀ। ਨੇੜੇ-ਤੇੜੇ ਕੋਈ ਖੂਹ ਨਹੀਂ ਸੀ। ਟੋਬਿਆਂ ਟਾਬਾਂ ਦਾ ਪਾਣੀ ਸੂਰਜ ਨੇ ਚੂਸ ਲਿਆ ਸੀ। ਫਿਰਦਿਆਂ ਫਿਰਦਿਆਂ ਪਰियां ਨੂੰ ਇੱਕ ਦਰਖਤ ਥੱਲੇ ਕੁਝ ਗਿੱਲੇ ਕੱਪੜੇ ਦਿਸੇ। ਉਹਨਾਂ ਉਹ ਕੱਪੜੇ ਇੱਕ ਪਾਂਡੇ ਚ ਨਿਚੋੜ ਲਏ। ਪਾਣੀ ਦਾ ਭਰਿਆ ਉਹ ਪਾਂਡਾ ਉਹਨਾਂ ਦੇ ਤੇ ਮੂਰੇ ਜਾ ਰੱਖਿਆ। ਜਦੋਂ ਉਹਨੇ ਪਾਣੀ ਪੀਤਾ ਤਾਂ ਉਹਨੂੰ ਬਹੁਤ ਸਵਾਦ ਆਇਆ। ਉਹਨੇ ਪਰਿਆ ਨੂੰ ਕਿਹਾ ਇਸ ਪਾਣੀ ਨੇ ਤਾਂ ਮੇਰੀ ਜਨਮ ਜਨਮਾਂ ਦੀ ਪਿਆਸ 부ਝਾ ਦਿੱਤੀ ਹੈ। ਇਸ 'ਚ ਚਰਨਾਮਤ ਵਰਗਾ ਸਵਾਦ ਆਇਆ ਹੈ। ਜਿੱਥੋਂ ਇਹ ਪਾਣੀ ਲਿਆਂਦਾ ਹੈ ਮੈਨੂੰ ਉੱਥੇ ਲੈ ਚੱਲੋ। ਜਦੋਂ ਉਹ ਉਸ ਥਾਂ ਪੁੱਜੇ ਤਾਂ ਕੱਪੜੇ ਉੱਥੇ ਨਹੀਂ ਸਨ। ਲੱਕੜਹਾਰਾ ਸ਼ਹਿਰ ਜਾ ਚੁੱਕਾ ਸੀ। ਕੱਪੜਿਆਂ 'ਚ ਉਹਦੀ ਮਿਹਨਤ ਦਾ ਪਸੀਨਾ ਸੀ। ਇਹ ਕਹਾਣੀ ਸੁਣ ਕੇ ਆਉਣ ਵਾਲਾ ਜਦੋਂ ਨੀਵੀਂ ਪਾ ਲੈਂਦਾ ਤਾਂ ਕਿਸ਼ਨਾ ਉਹਦਾ ਮੋਢਾ ਝੰਡੋੜ ਕੇ ਕਹਿੰਦਾ ਬੁੱਤੇ ਜਿਹੜੇ ਪਸੀਨੇ ਤੋਂ ਤੂੰ ਨੱਕ ਵੱਟਦਾ ਹੈ ਦੇਵਦੇਨ ਨੂੰ ਤਰਸਦੇ ਫਿਰਦੇ ਨੇ ਆਉਣ ਵਾਲਾ ਸਿਰ ਹਿਲਾ ਕੇ ਸਹਿਮਤੀ ਪ੍ਰਗਟ ਕਰਦਾ ਕਿਸ਼ਨਾ ਤਰਖਾਨ ਫੇਰ ਕੋਟਣਾ ਬਣਾਉਣ ਲੱਗ ਪੈਂਦਾ ਜਦੋਂ ਉਹ ਇਸ ਕੰਮ ਤੋਂ ਵਹਿਲਾ ਹੁੰਦਾ ਤਾਂ ਹੋਰ ਨਿੱਕੇ ਮੋਟੇ ਕੰਮ ਕਰਨ ਲੱਗ ਪੈਂਦਾ ਕਾਰਖਾਨੇ 'ਚ ਪਏ ਲੋਕਾਂ ਦੇ ਧਰੇ ਮੰਜਿਆਂ ਪੀੜੀਆਂ ਦੀਆਂ ਚੂਲਾ 'ਚ ਫਾਲ ਦਿੰਦਾ ਰਹਿੰਦਾ ਨਵੀਆਂ ਬਾਈਆਂ ਸੇਰੂ ਪਾਉਂਦਾ ਰਹਿੰਦਾ ਪੰਜਾਲੀਆਂ 'ਚ ਨਵੀਆਂ ਅਰਲੀਆਂ ਘੜ-ਘੜ ਪਾਉਂਦਾ ਰਹਿੰਦਾ ਵਿਗੜੇ ਚੌਹ ਸਮਾਰਦਾ ਰਹਿੰਦਾ ਚਰਖਿਆਂ ਦੀਆਂ ਮੁੰਨੀਆਂ ਬਦਲਦਾ ਰਹਿੰਦਾ ਨਿਆਣੀਆਂ ਦੀਆਂ ਗੁੱਲੀਆਂ ਘੜਦਾ ਰਹਿੰਦਾ ਟੁੱਲਾ ਮਾਰ-ਮਾਰ ਉਹ ਗੁੱਲੀਆਂ ਗਵਾ ਦਿੰਦੇ ਉਹ ਹੋਰ ਘੜ ਦਿੰਦਾ ਇਸ ਤਰ੍ਹਾਂ ਉਹ ਰੁੱਝਿਆ ਰਹਿੰਦਾ ਉਹਦੇ ਮਨ ਨੂੰ ਤਸੱਲੀ ਰਹਿੰਦੀ ਜਦੋਂ ਉਹ ਵੇੜੇ 'ਚ ਬੈਠ ਥੱਕ ਜਾਂਦਾ ਤਾਂ ਉੱਠ ਕੇ ਪਿੰਡ ਚ ਚੱਕਰ ਮਾਰਨ ਲੱਗ ਪੈਂਦਾ ਉੱਥੇ ਕਿਸੇ ਦੀ ਪੀੜੀ ਠੋਕ ਆਉਂਦਾ ਚੱਕੀਆਂ ਦੇ ਕੱਸੇ ਪੁੜੇ ਰਾਹ ਦਿੰਦਾ ਰਾਹ ਚ ਮਿਲਦੇ ਤੀਵੀਆਂ ਮਰਦਾਂ ਨੂੰ ਟਿਚਰਾਂ ਕਰਦਾ ਉਹ ਘਰ ਨੂੰ ਮੁੜ ਪੈਂਦਾ ਕੋਈ ਦਾਣੇ ਦਿੰਦੀ ਕੋਈ ਗੁੜ ਦਿੰਦੀ ਕੋਈ ਦੁੱਧ ਦਾ ਗਲਾਸ ਦਿੰਦੀ ਤੇ ਕੋਈ ਉਹ ਜੀ ਦਿਓਰਾ ਕਹਿ ਕੇ ਸਾਰ ਦਿੰਦੀ ਉਹ ਸੁਆਦ ਸੁਆਦ ਹੋ ਉੱਠਦਾ ਜਦੋਂ ਕਦੀ ਸ਼ੀਸ਼ੇ 'ਚ ਉਹ ਆਪਣਾ ਮੂੰਹ ਦੇਖਦਾ ਤਾਂ ਮੱਥੇ ਤੇ ਚੰਨ ਵਰਗਾ ਤਿਰਛਾ ਦਾਗ ਦੇਖ ਕੇ ਲਹਿਰ ਲਹਿਰ ਹੋ ਉੱਠਦਾ ਜਿਵੇਂ ਉਹਦੇ ਹਿਰਦੇ ਵਿੱਚ ਕੋਈ ਕਾਂਗ ਉੱਠ ਖੜੀ ਹੋਵੇ ਇੱਕਦਮ ਸਾਰੀ ਘਟਨਾ ਉਹਦੀਆਂ ਅੱਖਾਂ ਸਾਹਮਣੇ ਆ ਜਾਂਦੀ ਵੇੜੇ 'ਚ ਬੈਠਾ ਉਹ ਕੋਟਣਾ ਬਣਾ ਰਿਆ ਸੀ ਬਚਨੇ ਦੇ ਪੁੱਤ ਮੇਲੂ ਨੇ ਗੁੱਲੀ ਡੰਡਾ ਖੇਡਦਿਆਂ ਅਜੇ ਹੀ ਜ਼ੋਰ ਦੀ ਵਗਾਹ ਮਾਰੀ ਕਿ ਗੁੱਲੀ ਦਾ ਤਿੱਖਾ ਸਿਰਾ ਕਿਸ਼ਨੇ ਦੇ ਮੱਥੇ 'ਚ ਆ ਵੱਜਾ ਉਹ ਲਹੂ ਲੋਹਾਰ ਹੋ ਗਿਆ ਮੇਲੂ ਦੀ ਮਾਂ ਕਰਤਾਰੋ ਭੱਜੀ ਆਈ ਉਨੇ ਇਕਦਮ ਆਪਣੀ ਮਲਮਲ ਦੀ ਨਵੀਂ ਚੁੰਨੀ ਨਾਲੋਂ ਲੀਰ ਪਾੜੀ ਤੇ ਠੰਡੇ ਪਾਣੀ ਚ ਭੋਂ ਕੇ ਕ੍ਰਿਸ਼ਨ ਦੇ ਮੱਥੇ ਤੇ ਬੰਨ੍ਹ ਦਿੱਤੀ। ਪਾਣੀ ਮਿੱਟੀ ਨਾਲ ਕ੍ਰਿਸ਼ਨੇ ਨੂੰ ਠੰਢ ਜਾਈ ਪੈ ਗਈ। ਉਹ ਹੈਰਾਨ ਹੋਇਆ ਦੇਖਦਾ ਰਹਿ ਗਿਆ। ਇਕਦਮ ਸਾਰਾ ਕੁਝ ਕਿਵੇਂ ਹੋ ਗਿਆ ਸੀ। ਕ੍ਰਿਸ਼ਨੇ ਨੂੰ ਲੱਗਿਆ ਜਿਵੇਂ ਹੁਣ ਵੀ ਕੁੰਡ ਕੱਢੀ ਕੰਬ ਦੇ ਹੱਥਾਂ ਨਾਲ ਉਹਦੇ ਮੱਥੇ ਤੇ ਪਾਣੀ ਪੱਟੀ ਬਨ ਰਹੀ ਹੋਵੇ। ਉਹ ਹਰ ਰੋਜ਼ ਵੇੜੇ 'ਚ ਬੈਠਾ ਘੋਟਣਾ ਬਣਾਉਂਦਾ। ਹੋਲਦਾਰ ਕੋਟਣੀ ਜਿਨ੍ਹਾਂ ਤੇ ਹੱਥ ਧਰਿਆ ਤਿਲਕ ਤਿਲਕ ਜਾਂਦਾ ਸੀ ਜਿਨ੍ਹਾਂ ਦੀਆਂ ਗੱਲਾਂ ਦੂਰ ਦੂਰ ਦੇ ਪਿੰਡਾਂ 'ਚ ਹੋ ਰਹੀਆਂ ਸਨ ਪਿੰਡਾਂ ਦੇ ਲੋਕ ਜਦੋਂ ਕਿਸ਼ਨੇ ਦੇ ਪਿੰਡ ਵਿੱਚ ਦੀ ਲੰਗਦੇ ਤਾਂ ਉਤ ਉਤ ਦੀ ਛਾਵੇਂ ਘੜੀ ਪਲ ਸੁਸਤੋਂਦੇ ਉਹਦੇ ਨਾਲ ਗੱਲਾਂ ਕਰਦੇ ਜਾਂਦੇ ਜਾਂਦੇ ਇੱਕ ਇੱਕ ਕੋਟਣਾ ਖਰੀਦ ਕੇ ਲੈ ਜਾਂਦੇ ਰਾਹ ਤੁਰੇ ਜਾਂਦੇ ਕਿਸ਼ਨੇ ਦੀਆਂ ਗੱਲਾਂ ਕਰਦੇ ਰਹਿੰਦੇ ਇਦਾਂ ਵਾਟ ਮੁੱਕ ਜਾਂਦੀ ਮੁਖਲਾਵੇ ਤੁਰਦੀਆਂ ਕੁੜੀਆਂ ਜਦੋਂ ਇਹ ਦੇਖਦੀਆਂ ਕਿ ਉਹਨਾਂ ਦੇ ਦਾਜ 'ਚ ਕਿਸੇ ਨੇ ਘੋਟਣਾ ਨਹੀਂ ਰੱਖਿਆ ਤਾਂ ਰੁੱਸ ਰੁੱਸ ਬੈੰਦੀਆਂ ਰੋਟੀ ਨਾ ਖਾਂਦੀਆਂ ਦਾਜ ਦੇਖਣ ਆਈਆਂ ਤੀਵੀਆਂ ਠੋਡੀਆਂ ਤੇ ਹੱਥ ਰੱਖ ਰੱਖ ਕਹਿੰਦੀਆਂ ਕੀ ਸਵਾਦਕਤੀ ਆ ਕੁੜੀ ਨੂੰ ਘੋਟਣਾ ਤਾਂ ਰੱਖਿਆ ਨਹੀਂ ਜਿਹੜਾ ਦਾਜ ਦਾ ਸ਼ਿੰਗਾਰ ਹੈ ਇਸੇ ਤਰ੍ਹਾਂ ਪਿੰਡ ਦੀ ਇੱਕ ਕੁੜੀ ਰੁੱਸ ਕੇ ਬੈਠ ਗਈ ਸੀ ਪਿੰਡ 'ਚ ਬੜੀ ਚਰਚਾ ਹੋਈ ਲੋਕ ਕਮਾਂਕਾਰਾਂ ਤੋਂ ਵਿਹਲੇ ਹੋ ਕੇ ਜਦੋਂ ਸੱਤ ਚ ਬੈਠੇ ਤਾਂ ਇਸ ਘਟਨਾ ਬਾਰੇ ਗੱਲਾਂ ਚੱਲ ਪਈਆਂ ਹਰ ਕੋਈ ਚੜ੍ਹਦੀ ਤੋਂ ਚੜ੍ਹਦੀ ਗੱਲ ਸੁਣਾਉਂਦਾ ਸੀ ਲੋਕ ਸਵਾਦ ਲੈ ਰਹੇ ਸਨ ਗੱਜਣ ਨੇ ਕੰਨ ਤੇ ਹੱਥ ਰੱਖ ਲਿਆ ਅੱਖਾਂ ਮੀਚ ਲਈਆਂ ਤੇ ਬੋਲੀ ਪਾਣੀ ਸ਼ੁਰੂ ਕਰ ਦਿੱਤੀ ਦਾਵੇ ਤਾਵੇ ਤਾਵੇ ਪਿੰਡ ਦੀ ਧੀ ਰੁੱਸ ਗਈ ਜਦੋਂ ਤੁਰਨ ਲੱਗੀ ਮੁਕਲਾਵੇ ਦਾਜ ਵਿੱਚ ਘੋਟਣਾ ਨਹੀਂ ਚੋਰਾ ਉਹਦੇਆਂ ਹੱਡਾਂ ਨੂੰ ਖਾਵੇ ਦੇਖੀ ਬਾਪੂ ਤੋਰਦਵੇਂ ਵਿੱਚ ਧਰ ਕੇ ਮੰਜੇ ਦੇ ਪਾਵੇ ਨਿੰਮ ਦੇ ਘੋਟਣਿਆ ਤੇਰੀ ਸਿਫਤ ਕਰੀ ਨਾ ਜਾਵੇ ਨਿੰਮ ਦੇ ਘੋਟਣਿਆ ਤੇਰੀ ਸਿਫਤ ਕਰੀ ਨਾ ਜਾਵੇ ਕਿਸ਼ਨਾ ਤਰਖਾਣ ਬੋਲੀ ਸੁਣ ਕੇ ਚੂਮ ਉਠਿਆ ਉਹਨੇ ਉੱਠ ਕੇ ਮੁੰਡੇ ਨੂੰ ਥਾਪੀ ਦਿੱਤੀ ਤੇ ਤੇੜ ਪਾਈ ਖੱਦਰ ਦੀ ਸਾਫੀ ਲੜੋ ਖੋਲ ਕੇ ਰੁਪਈਆ ਉਹਨੂੰ ਫੜਾ ਦਿੱਤਾ ਲੋਕ ਹੋਰ ਵੀ ਖੁਸ਼ ਹੋਏ ਕਿਸ਼ਨੇ ਤਰਖਾਣ ਦੀ ਜ਼ਿੰਦਗੀ ਨਿੱਕੇ ਨਿੱਕੇ ਹਾਸਿਆਂ ਰੋਸਿਆਂ 'ਚੋਂ ਲੰਘ ਰਹੀ ਸੀ। ਉਹਦੀ ਜ਼ਿੰਦਗੀ ਪਾਣੀ 'ਚ ਤਰਦੀ ਉਸ ਕਿਸ਼ਤੀ ਵਾਂਗ ਸੀ ਜਿਹਨੂੰ ਪਾਣੀ 'ਚ ਉੱਠਦੀਆਂ ਛੋਟੀਆਂ-ਛੋਟੀਆਂ ਲਹਿਰਾਂ ਡੋਬਣ ਦਾ ਦਹਿਲ ਦੇਣ ਦੀ ਥਾਂ ਇੱਕ ਹੁਲਾਰਾ ਜਿਹਾ ਦੇ ਜਾਣ। ਪਰ ਇੱਕ ਦਿਨ ਕਿਸ਼ਨੇ ਨੂੰ ਆਪਣੀ ਜ਼ਿੰਦਗੀ ਦੀ ਕਿਸ਼ਤੀ ਦਾਵਾ ਡੋਲ ਹੁੰਦੀ ਲੱਗੀ। ਉਹਦੇ ਘਰ ਵਾਲੀ ਅਚਾਨਕ ਬਿਮਾਰ ਹੋ ਗਏ। ਉਹਨੇ ਉਸਦੇ ਇਲਾਜ 'ਚ ਕੋਈ ਕਸਰ ਨਾ ਛੱਡੀ। ਉਹ ਦਿਨ ਰਾਤ ਉਹਦੀ ਸੇਵਾ ਕਰਦਾ ਰਿਹਾ। ਪਰ ਇੱਕ ਦਿਨ ਉਹ ਕਿਸ਼ਨੇ ਨੂੰ ਐਡੀ ਲੰਮੀ ਚੌੜੀ ਦੁਨੀਆ 'ਚ ਇਕੱਲਾ ਛੱਡ ਕੇ ਤੁਰਦੀ ਹੋਈ ਕਿਸ਼ਨੇ ਨੇ ਇਹਨੂੰ ਰੱਬ ਦਾ ਪਾਣਾ ਸਮਝਿਆ ਤੇ ਦੁੱਖ ਅੰਦਰ ਹੀ ਅੰਦਰ ਪੀ ਲਿਆ। ਰੁਜੇਵਾ ਉਹਦੀ ਜ਼ਿੰਦਗੀ 'ਚ ਫੇਰ ਆ ਗਿਆ। ਉਹ ਆਪਣੇ ਕੰਮ 'ਚ ਮਗਨ ਰਹਿਣ ਲੱਗ ਪਿਆ। ਉਹਦੀ ਜ਼ਿੰਦਗੀ ਦੀ ਤੋਰ ਫੇਰ ਸਾਂਵੀ ਹੋ ਗਈ। ਅਖੀਰ ਉਹਦਾ ਜਵਾਈ ਉਹਨੂੰ ਸ਼ਹਿਰ ਲੈ ਆਇਆ ਤੇ ਸ਼ਹਿਰ 'ਚ ਆਏ ਨੂੰ ਉਹਨੂੰ ਹੁਣ 5 ਸਾਲ ਹੋ ਚੱਲੇ ਸਨ। ਇਨਾ ਪੰਜਾ ਸਾਲਾਂ ਚ ਉਹਨੇ ਆਪਣੇ ਜਵਾਈ ਦਾ ਦਿਲ ਜਿੱਤ ਲਿਆ ਆਖਰ ਉਹਦਾ ਸਹਰਾ ਸੀ ਤੇ ਆਪਣੇ ਜਵਾਈ ਦਾ ਬੁਰਾ ਕਿੱਦਾਂ ਸੋਚ ਸਕਦਾ ਸੀ ਉਹ ਸੋਚਦਾ ਉਹ ਗੱਡੀ ਤੇ ਬੈਠਾ ਰਹਿੰਦਾ ਬਾਹਰੋਂ ਆਏ ਵਪਾਰੀਆਂ ਨਾਲ ਗੱਲਬਾਤ ਕਰਦਾ ਕਾਰਖਾਨੇ ਚ ਕੰਮ ਕਰਨ ਵਾਲਿਆਂ ਦੇ ਕੰਮ ਦੀ ਨਿਗਰਾਨੀ ਰੱਖਦਾ ਇਹ ਉਹਦੇ ਜ਼ਿੰਮੇ ਕੰਮ ਸੀ ਏਵੀ ਕੋਈ ਕੰਮ ਐ ਕੰਮ ਕਰਦਿਆਂ ਨੂੰ ਦੇਖਣਾ ਜੇ ਇਹ ਵੀ ਕੰਮ ਚ ਸ਼ਾਮਲ ਐ ਤਾਂ ਰੱਬ ਬਖਸ਼ੇ ਮੈਨੂੰ ਅਜਿਹੇ ਕੰਮ ਤੋਂ ਮੈਂ ਹੈਰਾਨ ਆ ਕਿ ਇਹ ਲੋਕ ਜਿਹੜੇ ਦੂਜਿਆਂ ਦੇ ਕੰਮ ਨੂੰ ਦੇਖਣਾ ਹੀ ਆਪਣਾ ਕੰਮ ਸਮਝਦੇ ਹਨ ਜਿਉਂਦੇ ਕਿਵੇਂ ਰਹਿ ਜਾਂਦੇ ਹਨ ਉਹਨੂੰ ਸੋਚ ਵੰਗਾਰਦੀ ਹੁਣ ਉਹ ਉਦਾਸ ਰਹਿਣ ਲੱਗ ਪਿਆ ਉਹਦੇ ਹੱਡ ਗੋਡੇ ਟੁੱਟਦੇ ਰਹਿੰਦੇ ਉਹਦਾ ਸਿਰ ਚਕਰਾਉਂਦਾ ਰਹਿੰਦਾ ਉਹਨੂੰ ਉਬਾਸੀ ਆਉਂਦੀਆਂ ਰਹਿੰਦੀਆਂ ਅੱਖਾਂ 'ਚ ਪਾਣੀ ਭਰ-ਭਰ ਆਉਂਦਾ ਉਹ ਝੁੰਜਲਾ ਉੱਠਦਾ ਉਹਦੇ ਜਵਾਈ ਨੇ ਉਹਨੂੰ ਖੁਸ਼ ਰੱਖਣ ਦੀ ਖਾਤਰ ਪੈਸਾ ਪਾਣੀ ਵਾਂਗ ਵਹਾ ਦਿੱਤਾ ਪਰ ਉਹ ਉਦਾਸਤਾ ਉਦਾਸ ਰਹਾ ਪੈਸੇ ਨਾਲ ਖਰੀਦਿਆ ਐਸ਼ ਦਾ ਸਾਮਾਨ ਉਹਨੂੰ ਪਰਮਾ ਨਾ ਸਕਿਆ ਉਹ ਪਲ ਪਰਦੇ ਚੈਨ ਨੂੰ ਤਰਸ ਗਿਆ ਅਖੀਰ ਉਹਦਾ ਜੁਆਈ ਉਹਨੂੰ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਉਹਦੀ ਨਬਜ਼ ਦੇਖੀ ਜੀਬ ਦੇਖੀ ਜਦੋਂ ਕੁਝ ਸਮਝ ਨਾ ਆਇਆ ਤਾਂ ਉਹਨੇ ਕ੍ਰਿਸ਼ਨ ਨੂੰ ਪੁੱਛਿਆ ਕੀ ਬਿਮਾਰੀ ਹੈ ਕ੍ਰਿਸ਼ਨ ਨੇ ਜਵਾਬ ਦਿੱਤਾ ਬਸ ਜੀ ਚਿੱਤ ਉਦਾਸ ਜਿਆ ਰਹਿੰਦਾ ਹੈ ਚਿੱਤ ਖੁੱਲਦਾ ਹੀ ਨਹੀਂ ਜੀਵੇਂ ਮੇਰੇ ਅੰਦਰ ਕਿਸੇ ਚੀਜ਼ ਦੀ ਕਮੀ ਹੋਵੇ ਸਮਝ ਗਿਆ ਸਮਝ ਗਿਆ ਡਾਕਟਰ ਨੇ ਕਿਹਾ ਵਿਟਾਮਿਨ ਬੀ ਦੀ ਕਮੀ ਹੈ ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ ਉੱਥੇ ਤਾਂ ਕਿਸ਼ਨਾ ਚੁੱਪ ਕਰ ਰਿਹਾ ਪਰ ਜਦੋਂ ਉਹ ਦੋਵੇਂ ਦੁਕਾਨ ਤੋਂ ਬਾਹਰ ਨਿਕਲੇ ਤਾਂ ਕਿਸ਼ਨੇ ਨੇ ਹੱਸ ਕੇ ਕਿਹਾ ਇਹ ਤਾਂ ਹੁਣੇ ਪਤਾ ਲੱਗਿਆ ਬਈ ਦਵਾਈਆਂ ਨਾਲ ਵੀ ਜੀ ਲੱਗਣ ਲੱਗ ਪੈਂਦਾ ਹੁਣ ਉਹਦੇ ਜਵਾਈ ਕੋਲ ਇੱਕੋ ਇੱਕ ਇਲਾਜ ਰਹਿ ਗਿਆ ਸੀ ਸ਼ਰਾਬ ਜਿਨੂ ਪੀ ਕੇ ਆਦਮੀ ਉਹਨਾਂ ਪਲਾਂ ਦਾ ਬਾਦਸ਼ਾਹ ਹੋ ਜਾਂਦਾ ਹੈ ਜੋ ਵੱਡਿਆਂ ਵੱਡਿਆਂ ਦੇ ਗਮ ਗਲਤ ਕਰ ਦਿੰਦੀ ਹੈ। ਕ੍ਰਿਸ਼ਨਾ ਵੀ ਸ਼ਰਾਬ ਦੇ ਨਸ਼ੇ ਵਿੱਚ ਸਭ ਦੁੱਖ ਤਕਲੀਫਾਂ ਭੁੱਲ ਜਾਵੇਗਾ। ਰੰਗਿਨੀ ਉਹਦੀ ਜ਼ਿੰਦਗੀ 'ਚ ਉੱਤਰ ਆਵੇਗੀ। ਉਹਦੇ ਜਵਾਈ ਨੇ ਸੋਚਿਆ। ਉਸ ਦਿਨ ਛੁੱਟੀ ਸੀ। ਕ੍ਰਿਸ਼ਨਾ ਤਰਖਾਨ ਤੇ ਉਹਦਾ ਜਵਾਈ ਬੈਠੇ ਗਮ ਗਲਤ ਕਰ ਰਹੇ ਸਨ ਕਿ ਅਚਾਨਕ ਕ੍ਰਿਸ਼ਨਾ ਤਰਖਾਨ ਚੁੱਪਚਾਪ ਉੱਠ ਕੇ ਬਾਹਰ ਨੂੰ ਤੁਰ ਪਿਆ। ਸ਼ਾਇਦ ਉਹ ਹੋਰ ਬੋਤਲ ਲੈਣ ਗਿਆ ਸੀ। ਉਹਦਾ ਜਵਾਈ ਖੁਸ਼ ਸੀ। ਕਿਸ਼ਨਾਤਰ ਖਾਨ ਜੀ ਸ਼ਰਾਬ ਲੈ ਕੇ ਨਹੀਂ ਸੀ ਮੁੜਿਆ। ਅੰਦਰ ਮੰंजे ਤੇ ਪਿਆ ਉਹਦਾ ਜਵਾਈ ਉਹਨੂੰ ਬੇਸਬਰੀ ਨਾਲ ਉਡੀਕ ਰਿਹਾ ਸੀ। ਉਹਨੂੰ ਤੋੜ ਲੱਗ ਰਹੀ ਸੀ। ਬਾਹਰ ਠੱਕ ਠੱਕ ਦੀ ਆਵਾਜ਼ ਹੋਈ। ਕਿਸ਼ਨੇ ਦੇ ਜਵਾਈ ਨੇ ਪਾਸਾ ਪਰਤ ਲਿਆ। ਬਾਹਰ ਫੇਰ ਠੱਕ ਠੱਕ ਦੀ ਆਵਾਜ਼ ਹੋਈ। ਉਹ ਖੁਸ਼ ਹੀ ਤਾਂ ਹੋ ਗਿਆ। ਉਹਦਾ ਸਹਰਾ ਸ਼ਰਾਬ ਦੀ ਬੋਤਲ ਲੈ ਕੇ ਆ ਗਿਆ ਸੀ ਸ਼ਾਇਦ। ਤੇ ਉਹ ਦਰਵਾਜ਼ਾ ਖੜਕਾ ਰਿਹਾ ਸੀ। ਉਹਨੇ ਉੱਠ ਕੇ ਇੱਕਦਮ ਦਰਵਾਜ਼ਾ ਖੋਲਿਆ। ਉਹ ਹੱਕਾ ਬੱਕਾ ਰਹਿ ਗਿਆ ਬਾਹਰ ਵੇੜੇ 'ਚ ਕ੍ਰਿਸ਼ਨਾ ਤਰਖਾਨ ਸ਼ਰਾਬ ਦਾ ਰੱਜਿਆ ਬੈਠਾ ਸੀ ਕੋਲ ਉਹਦੇ ਸ਼ਰਾਬ ਦੀ ਭਰੀ ਬੋਤਲ ਪਈ ਸੀ ਇੱਕ ਹੱਥ ਵਿੱਚ ਉਹਦੇ ਬਹੋਲਾ ਸੀ ਦੂਜੇ ਹੱਥ ਵਿੱਚ ਲੱਕੜੀ ਦਾ ਟੋਟਾ ਤੇ ਉਹ ਘੋਟਣਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ